ਬਲਦੇਵ ਸਿੰਘ ਦਾ ਨੋਵਲ ਅਨੰਤਾਤਾ ਦਾ ਚੰਦ ਤਿਵੰਗ ਅਗਲਾ ਹਿੱਸਾ ਇਹਨਾਂ ਦੇ ਨਾਲ ਸੀ ਕੇਵਲ ਦੀ ਜ਼ਮਾਨਤ ਹੋ ਗਈ ਇੱਕ ਗੱਲੋਂ ਤਾਂ ਰਾਜਪਾਲ ਨੇ ਚੰਗਾਈ ਸਮਝਿਆ ਉਹਨੂੰ ਆਏ ਦਿਨ ਕਦੇ ਥਾਣੇ ਜਾਂ ਕਦੇ ਕਚਹਿਰੀ ਜਾਣਾ ਪੈਂਦਾ ਸੀ ਹੁਣ ਉਹਨੇ ਸੋਚਿਆ ਕੇਵਲ ਨੂੰ ਪਿਆਰ ਨਾਲ ਭਰੋਸੇ 'ਚ ਲੈ ਕੇ ਪੁੱਛ ਕੇ ਵੇਖਾਂਗੇ ਕੀ ਪਤਾ ਕੋਈ ਭੇਦ ਨਿਕਲ ਆਵੇ ਇਸ ਮੰਤਵ ਨਾਲ ਇੱਕ ਦਿਨ ਰਾਜਪਾਲ ਕੇਵਲ ਨੂੰ ਮਿਲਣ ਗਿਆ ਉਦੀ ਮਾਂ ਨੇ ਕਹਿ ਕੇ ਰਾਜਪਾਲ ਨੂੰ ਮੋੜ ਦਿੱਤਾ ਵੀ ਹੁਣੇ ਨੀਂਦੀਆਂ ਗੋਲੀਆਂ ਲੈ ਕੇ ਸੁੱਤਾ ਹੋਇਆ। ਉਹ ਤਾਂ ਨੀਂਦ 'ਚ ਵੀ ਤਰਬ ਤਰਬ ਉੱਠਦਾ ਹੈ। ਕਹਿਣ ਦੇ ਲਹਿਜੇ 'ਚ ਰੋਸਾ ਵੀ ਸੀ, ਉਲੰਭਾ ਵੀ ਸੀ ਰਾਜਪਾਲ ਸਮਝਦਾ ਸੀ। ਚਲੋ ਫੇਰ ਆਉਂਗਾ ਕਹਿ ਕੇ ਉਹ ਮੁੜ ਆਇਆ। ਖੇਤ 'ਚ ਕੰਮ ਕਰਦੇ ਰੁਲਦੂ ਦਾ ਮੂੰਹ ਵੀ ਵਟਿਆ-ਵਟਿਆ ਰਹਿੰਦਾ ਹੈ। ਅੱਜਕੱਲ ਉਹ ਪਹਿਲਾਂ ਵਾਂਗ ਰਾਜਪਾਲ ਨਾਲ ਖਾਸਾ ਠੱਠਾ ਨਹੀਂ ਕਰਦਾ। ਉਹਨੂੰ ਪਤਾ ਹੈ ਮਨ ਅੰਦਰ ਵੱੱਗੀਆਂ ਸ਼ੱਕ ਦੀਆਂ ਗੰਡਾ ਹੁਣ ਖੁੱਲਣਗੀਆਂ ਨਹੀਂ। ਜਿਵੇਂ ਕਿਵੇਂ ਉਹਨੇ ਹਾੜੀ ਤੱਕ ਰਾਜਪਾਲ ਨਾਲ ਨਿਭਾਉਣੀ ਹੈ। ਸਰਪੰਚ ਨਾਲ ਇਹੀ ਵਾਦਾ ਕੀਤਾ ਸੀ ਉਹਨੇ ਰਾਤ ਨੂੰ ਘਰ ਆ ਕੇ ਜਦੋਂ ਕੇਵਲ ਵੱਲ ਵੇਖਦਾ ਤਾਂ ਉਹਨੂੰ ਖਿਜ ਆਉਂਦੀ ਹੈ ਗੁੱਸੇ ਨਾਲ ਅੰਦਰ ਖੋਲਦਾ ਹੈ ਰਾਜਪਾਲ ਨੂੰ ਉਹ ਮਨੀ ਮਨ ਗਾਲਾਂ ਕੱਢਦਾ ਹੈ ਕਦੇ-ਕਦੇ ਕੇਵਲ ਤੇ ਵੀ ਹਰਖ ਕਰਦਾ ਹੈ ਪਰ ਉਹਨੂੰ ਕਹਿੰਦਾ ਕੁਛ ਨਹੀਂ ਕਿਸ਼ਨੇ ਕੋਲ ਜਾਂ ਮਾਂ ਕੋਲ ਆਪਣੀ ਪੜਾਅਸ ਕੱਢਦਾ ਹੁਣ ਮੰਜੇ ਤੇ ਪਿਆ ਬੂਕਦਾ ਉਦੋਂ ਸੋਚਣਾ ਸੀ ਜਦੋਂ ਸਾਈਕਲ ਤੇ ਬਿਠਾ ਕੇ ਲੈ ਗਿਆ ਸੀ ਅਗਲਿਆਂ ਦੀ ਕੁੜੀ ਸਾਲਾ ਬਗਾਨਿਆਂ ਲਈ ਚਿੱਤਰ ਖਾ ਕੇ ਆ ਗਿਆ ਤੂੰ ਕਦੋਂ ਰੋਜ਼ ਹੀ ਆਪਣਾ ਲਹੂ ਸਾੜਦਾ ਰਹਿਣਾ ਜੇ ਨਹੀਂ ਕੀਤੀ ਆ ਤਾਂ ਭੁਗਤੀ ਵੀ ਜਾਂਦਾ ਹੁਣ ਹੋਰ ਮਹੀਨਾ ਐਂ ਪਿਆ ਰਿਆ ਤਾਂ ਸਾਲ ਵੀ ਮਾਰਿਆ ਜਾਊ ਮਾਂ ਨੂੰ ਸਾਰਿਆਂ ਨਾਲੋਂ ਵਧੇਰੇ ਦੁੱਖ ਹੈ ਇੱਕ ਦਿਨ ਉਹਨੇ ਰੁਲਦੂ ਨੂੰ ਪੁੱਛਿਆ ਵੇ ਲੋਕੀ ਆਖਦੇ ਆ ਭਗਤੂ ਬਾਬੇ ਦੀਆਂ ਗੱਲਾਂ ਤਾਂ ਪੂਰੀਆਂ ਹੁੰਦੀਆਂ ਤੂੰ ਤਾਂ ਖੇਤ ਜਾਣਾ ਹੁੰਨਾ ਸੱਚੀ ਗੱਲ ਐ ਹੁਣ ਤੂੰ ਨਾ ਉੱਥੇ ਬਗਜੀਆਂ ਪੈਰੀਂ ਹੱਥ ਲਾਉਣ ਭਗਤੂ ਬਾਬੇ ਦੇ ਰੁਲਦੂ ਨੇ ਚੱਬ ਕੇ ਕਿਹਾ ਆਥਨ ਨੂੰ ਨਿੱਤ ਦਾਰੂ ਚੱਲਦੀ ਐ ਉੱਥੇ ਕੱਲ ਦਾ ਉੱਥੇ ਇੱਕ ਹੋਰ ਆਇਆ ਸਾਧਾਰਾਮ ਖਾ ਕੇ ਝੋਟੇ ਵਾਂਗੂ ਫਟਿਆ ਹੋਇਆ ਇਹੇ ਜੇ ਨੂੰ ਖਾਲ ਘੜਨ ਲਾਇਆ ਹੋਵੇ ਤਾਂ ਪਤਾ ਲੱਗੇ ਕਹਿੰਦੇ ਆ ਇਹੀ ਸਾਧ ਭਗਤੂ ਨੂੰ ਪੱਟ ਕੇ ਲੈ ਗਿਆ ਸੀ ਚੱਲ ਕੁਛ ਕਰੀ ਜਾਣ ਤੂੰ ਕਿਉਂ ਮੰਦਾ ਬੋਲਦਾ ਹੈ ਅੱਗੇ ਆਪਾਂ ਥੋੜੇ ਦੁਖੀ ਐ ਮਾਂ ਨੇ ਉਹਦੇ ਮੂਰੇ ਹੱਥ ਜੋੜੇ ਇੱਕ ਦਿਨ ਭਗਤੂ ਨੇ ਪਿੰਡ ਦੇ ਗੁਰਦੁਆਰੇ ਵਾਲੇ ਸਪੀਕਰ ਚੋਂ ਦੀ ਇੱਕ ਹੋਕਾ ਦਵਾਇਆ ਬਾਬੇ ਦੀ ਸਮਾਦ ਉੱਪਰ ਦੋ ਕਮਰੇ ਉਸਾਰਨੇ ਆ ਇਹ ਜਗ੍ਹਾ ਪਿੰਡ ਵਾਸੀਆਂ ਦੀ ਵਢੇਰੀਆਂ ਦੀ ਜਗ੍ਹਾ ਇਹ ਕੰਮ ਆਪਾਂ ਸਭਨਾਂ ਨੇ ਰਲ ਕੇ ਕਰਨਾ ਹੈ ਭਾਈ ਕਾਰ ਸੇ ਵਾਲੇ ਸਾਰੇ ਪਹੁੰਚੋ ਵਡੇਰਿਆਂ ਦੀਆਂ ਰੂਹਾਂ ਪ੍ਰਸੰਨ ਰਹਿਣਗੀਆਂ ਤਾਂ ਪਰਿਵਾਰ 'ਚ ਸੁਖ ਸ਼ਾਂਤੀ ਰਹੇਗੀ ਬਰਕਤਾਂ ਹੋਣਗੀਆਂ ਸਮਾਗ ਸਮਾਦ ਤੇ ਅੱਜਕੱਲ ਸਾਧਾ ਰਾਮ ਆਇਆ ਹੋਇਆ ਹੈ ਇਹ ਉਹੀ ਸਾਧਾ ਰਾਮ ਹੈ ਜਿਹੜਾ ਭਗਤੂ ਤੇ ਮਾਗੀ ਕੋਲ ਕੁਝ ਦਿਨ ਪਹਿਲਾਂ ਰਾਤ ਕੱਟਣ ਆਇਆ दारू ਪਿੰਦਾ ਰਿਹਾ ਸੀ ਫਿਰ ਮੂਹ ਨੇਰੇ ਭਗਤੂ ਨੂੰ ਆਪਣੇ ਨਾਲ ਹੀ ਲੈ ਗਿਆ ਸੀ ਸਮਾਦ ਦੀ ਸਫਾਈ ਵੇਖ ਕੇ ਸਾਧਾ ਰਾਮ ਬਹੁਤ ਖੁਸ਼ ਹੋਇਆ ਉਹਨੇ ਆਉਂਦਿਆਂ ਹੀ ਭਗਤੂ ਨੂੰ ਇੱਕ ਪਾਸੇ ਕਰਕੇ ਕਿਹਾ ਫਕਤੂ ਬਾਬਾ ਮੈਂ ਤੈਨੂੰ ਕਿਹਾ ਸੀ ਨੇ ਇੱਥੇ ਰੌਣਕਾਂ ਲੱਗਣਗੀਆਂ ਹੁਣ ਮੈਂ ਬਚਨ ਕਰਦਾ ਆਸੇ-ਪਾਸੇ ਪਿੰਡਾਂ 'ਚ ਤੇਰੀ ਸ਼ੋਭਾ ਹੋਣ ਵਾਲੀ ਹੈ ਸਬਰ ਸੰਤੋਖ ਤੋਂ ਕਮ ਲੈ ਸਮਾਦ ਉੱਪਰ ਕਮਰੇ ਉਸਾਰਨ ਦੀ ਸਕੀਮ ਵੀ ਸਾਧਾਰਨ ਦੀ ਹੈ ਇੱਕ ਰਾਤ ਨਲਕਾ ਬੋਰ ਕਰਨ ਵਾਲੀ ਬੋਕੀ ਨਾਲ 6-7 ਫੁੱਟ ਡੂੰਘਾ ਬੋਰ ਕਰਕੇ ਚਮਤਕਾਰੀ ਘਟਨਾ ਦੀ ਬੁਨਿਆਦ ਵੀ ਸਾਧਾਰਨ ਦੇ ਦਿਮਾਗ ਦੀ ਕਾਰਨਾ ਹੈ ਸਮਾਦ ਲਾਗੇ ਕਮਰਿਆਂ ਦੀਆਂ ਨੀਹਾਂ ਖੋਦਣ ਲਈ ਸੇਵਾ ਕਰਕੇ ਆਪਣੇ ਕਸ਼ਟ ਕਰਵਾਉਣ ਲਈ ਤੇ ਜਨਮ ਗੁਰੂ ਦੇ ਲੇਖੇ ਲਾਉਣ ਲਈ ਆਸੇ-ਪਾਸੇ ਦੇ ਪਿੰਡਾਂ ਤੋਂ ਵੀ ਲੋਕ ਹਮ-ਹਮਾ ਕੇ ਪਹੁੰਚੇ। ਹਰ ਪਿੰਡ 'ਚ ਕੁਝ ਘਰ ਮਨ ਸੁਖ ਵੀ ਹੁੰਦੇ ਹਨ। ਚੱਕ ਬੂੜ ਸਿੰਘ ਵਿੱਚ ਵੀ ਹਨ। ਉਹਨਾਂ ਦਾ ਮਤ ਹੈ ਇਹ ਸਾਲਾ ਮੂਰਖ ਬਣਾਉਂਦਾ ਲੋਕਾਂ ਨੂੰ। ਕੰਮ ਕੋਈ ਕਰਦਾ ਹੈ ਨਹੀਂ। 4-5 ਸਾਲ ਬਾਹਰੋਂ ਥੱਕੇ ਖਾ ਕੇ ਆ ਗਿਆ। ਦੋ ਕਿਲੇ ਸਵਾ ਕਰਤੇ। ਹੁਣ ਪਿਓ ਦੀਆਂ ਤੇ ਰਿਸ਼ਤੇਦਾਰਾਂ ਦੀਆਂ ਗਾਲਾਂ ਤੋਂ ਬਚਦਾ ਖੇਖਣ ਕਰਦਾ ਫਿਰਦਾ। ਆਪਣੀ ਭੈਣ ਦਾ ਕੋਈ ਫਿਕਰ ਨਹੀਂ ਕਿੱਥੇ ਐ ਦੂਜਿਆਂ ਨੂੰ ਪੁੱਛਾ ਦਿੰਦਾ ਫਿਰਦਾ ਆਪਣੀ ਭੈਣ ਕਿਉਂ ਨਹੀਂ ਲੱਭ ਲਿਆ ਹੁੰਦਾ ਉਹ ਜੇ ਕੰਜਰ ਮਾਗੀ ਤੇ ਕੁਕਰ ਨਾਲ ਰਲ ਗਏ ਆਥਣ ਸਵੇਰ ਵਨ ਸਵੰਨੀਆਂ ਰੋਟੀਆਂ ਦਾਲਾਂ ਲੈ ਕੇ ਜਾ ਛੱਕਦੇ ਆ ਉਹੋ ਜੇ ਪਿੰਡ ਦੇ ਲੋਕ ਐ ਨਾਸਾਂ ਤੇ ਮਾਰੇ ਇਹੋ ਜਿਆਂ ਦੇ ਜਦੋਂ ਮੰਗਣ ਆਉਂਦੇ ਐ ਸਭਨਾਂ ਨੂੰ ਪਤਾ ਐ ਇਹ ਕੀ ਪੱਧਰਕਾਰੀਆਂ ਕਰਦੇ ਰਹੇ ਐ ਤੇ ਹੁਣ ਭਗਤੂ ਦੇ ਪੈਰੀਂ ਹੱਥ ਲਾਈ ਜਾਂਦੇ ਐ ਅਖੇ ਇਹ ਤਾਂ ਪੂਰਾ ਸੰਤ ਐ ਇਹਦੇ ਚਿਹਰੇ ਤੇ ਵਿਸ਼ਨੂ ਵਰਮਾ ਦਾ ਨੂਰ ਆ ਗਿਆ ਬੋਧਿਆਂ ਦਾ ਮਤ ਸੀ ਸਾਧ ਦੀ ਨਿੰਦਾ ਨਾਲ ਨਰਕ ਚ ਚਾਹੀਦਾ। ਕੋੜੀ ਹੋ ਕੇ ਬੰਦਾ ਮਰਦਾ। ਜੇ ਭਗਤੂ ਢੋਂਗ ਕਰਦਾ ਤਾਂ ਭੁਗਤੇਗਾ। ਨੀਆ ਪੁੱਟਦਿਆਂ ਤੋਂ ਇੱਕ ਚਮਤਕਾਰ ਵਾਪਰ ਗਿਆ। ਜ਼ਮੀਨ ਦੇ ਹੇਠੋਂ ਇੱਕ ਤੀਰ ਨਿਕਲਿਆ। ਇੱਕ ਖੁਰੀ ਨਿਕਲੀ ਘੋੜੇ ਦੀ। ਸਾਧਾ ਰਾਮ ਨੇ ਤੀਰ ਪਰਖਿਆ ਫਿਰ ਕੁਛ ਨਾ ਕੀਤੀ। ਇਹ ਤੀਰ ਤਾਂ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ। ਇੱਥੇ ਆਏ ਸਨ ਗੁਰੂ। ਬਾਬਾ ਬੂੜ ਸਿੰਘ ਨਾਲ ਉਹਨਾਂ ਬਚਨ ਬਲਾਸਵੀ ਕੀਤਾ ਸੀ। ਸਹਿਬਾਂ ਨੇ ਇਸ ਵਣ ਨਾਲ ਘੋੜਾ ਬੱਧਾ ਸਾਈ। ਉਸ ਵੇਲੇ ਦੀ ਖੁਰੀ ਹੈ ਇਹ। ਪਹਿਲਾਂ ਸਾਰਾ ਚੱਕ ਬੂੜ ਸਿੰਘ ਤੇ ਫਿਰ ਜਿਵੇਂ ਜਿਵੇਂ ਖਬਰ ਫੈਲੀ ਗਈ ਸਾਰਾ ਇਲਾਕਾ ਗੁਰੂ ਸਾਹਿਬ ਦੇ ਧੀਰ ਤੇ ਘੋੜਾ ਸਾਹਿਬ ਦੀ ਖੁਰੀ ਦੇ ਦਰਸ਼ਨਾਂ ਲਈ ਟੁੱਟ ਪਿਆ ਇੱਕ ਮੰਜੇ ਉੱਪਰ ਪਿੰਡੋਂ ਨਵੀਨ ਚਾਦਰ ਚਾਦਰ ਮੰਗਵਾ ਕੇ ਗੁਰੂਆਂ ਦੇ ਧੀਰ ਤੇ ਘੋੜੇ ਦੀ ਖੁਰੀ ਦਾ ਆਸਣ ਕੀਤਾ ਗਿਆ ਸੰਗਤਾਂ ਟੋਲੀਆਂ ਦੀਆਂ ਟੋਲੀਆਂ ਆਉਣ ਲੱਗੀਆਂ ਮੱਥਾ ਟੇਕਦੀਆਂ ਸਮਾਧ ਦੀ ਧੂੜ ਮੱਥੇ ਨੂੰ ਲਾਉਂਦੀਆਂ ਜੈਕਾਰੇ ਛੱਡਦੀਆਂ ਘਰ ਸੇਵਾ ਸ਼ੁਰੂ ਹੋ ਗਈ ਅ ਟੁੱਟ ਲੰਗਰ ਚੱਲ ਪਏ ਇੱਕ ਸਰਦਾਲੂ ਇਟਾਂ ਦੀ ਟਰਾਲੀ ਲਾ ਗਿਆ ਕੋਈ ਰੇਤਾ ਸੁੱਟ ਗਿਆ ਕੋਈ ਸੀਮਿੰਟ ਦੀਆਂ ਬੂਰੀਆਂ ਰੱਖ ਗਿਆ ویرਾਨ ਪਈ ਸਮਾਦ ਤੇ ਰੌਣਕਾਂ ਰਹਿਣ ਲੱਗੀਆਂ ਸੰਗਤਾਂ ਸ਼ਬਦ ਵੀ ਉਚਾਰੇ ਜਾਂਦੀਆਂ ਕਾਰ ਸੇਵਾ ਵੀ ਕੀਤੀ ਜਾਂਦੀਆਂ ਪਿੰਡ 'ਚ ਭਗਤੂ ਤੇ ਸਮਾਦ ਦੋਹਾਂ ਦੀ ਚਰਚਾ ਹੋਣ ਲੱਗੀ ਕੁਝ ਲੋਕਾਂ ਦੇ ਮੂੰਹੋਂ ਤਾਂ ਭਗਤੂ ਨੂੰ ਬਾਬਾ ਭਗਤੂ ਕਹਿ ਕੇ ਸੰਬੋਧਨ ਹੁੰਦਾ ਇਹ ਸਭ ਕੀ ਹੋਈ ਜਾ ਰਿਹਾ ਹੈ ਸਭ ਹੈਰਾਨ ਹਨ ਵਸਾਕਾ ਸਿੰਘ ਹੈਰਾਨ ਹੈ ਵਜੀਰ ਸਿੰਘ ਹੈਰਾਨ ਹੈ ਭਗਤੂ ਬਾਬਾ ਦੀ ਮਾਂ ਹੈਰਾਨ ਹੈ ਰਾਜਪਾਲ ਖੇਤ ਤਾਂ ਜਾਂਦਾ ਰੂਲ ਦੂਨੋ ਕੰਮ ਸਮਝਾਉਂਦਾ ਉਪਰੇ ਜੇ ਮਨ ਨਾਲ ਸਮਾਧ ਕੋਲੇ ਉੱਤਰ ਰਹੇ ਕਮਰਿਆਂ ਦੀ ਹੁੰਦੀ ਕਾਰ ਸੇਵਾ ਚ ਲੱਗੇ ਆਸੇ ਪਾਸੇ ਦੇ ਪਿੰਡਾਂ ਤੋਂ ਆਏ ਲੋਕਾਂ ਨੂੰ ਵੇਖਦਾ ਉਹਨੂੰ ਵੀ ਕੁਝ ਸਮਝ ਨਾ ਆਉਂਦਾ ਕਿੱਦਾਂ ਦੇ ਲੋਕ ਨੇ ਕੀ ਭਾਲਦੇ ਨੇ ਇੱਥੋਂ ਕੀ ਮਿਲੇਗਾ ਇਹਨਾਂ ਨੂੰ ਭਗਤੂ ਕੀ ਚਾਹੁੰਦਾ ਹੈ ਸੱਚਮੁੱਚ ਹੀ ਉਹਨੇ ਪਰਿਵਾਰ ਦੇ ਰਿਸ਼ਤੇ ਤਿਆਗ ਦਿੱਤੇ ਐ ਜਾਂ ਕੋਈ ਚਲਿੱਤਰ ਹੀ ਖੇਡ ਰਿਹਾ ਕੋਣ ਹੈ ਸਾਧਾਰਾਮ ਕੀ ਸੋਚ ਕੇ ਉਹਨੇ ਭਗਤੂ ਨੂੰ ਆਪਣੇ ਮਗਰ ਲਾਇਆ ਖੂ ਲਾਗੇ ਖੜਾ ਹੋ ਜਾਏ ਸਵਾਲਾਂ ਚੁੱਲ੍ਹ ਜਾਇਆ ਰਹਿੰਦਾ ਉਨੇ ਕੇਵਲ ਕੋਲ ਜਾਣ ਲਈ ਦੋ ਤਿੰਨ ਵਾਰ ਮਨ ਬਣਾਇਆ ਪਰ ਉਹਨਾਂ ਦੇ ਪਰਿਵਾਰ ਦਾ ਪਤੀਰਾ ਵੇਖ ਕੇ ਗਿਆ ਨਹੀਂ ਉਸ ਕੋਲ ਜਾਣਾ ਤਾਂ ਪੈਗਾ ਹੀ ਇਹ ਵੀ ਉਹ ਜਾਣਦਾ ਹੈ ਇੱਕ ਵਾਰ ਉਹਨੂੰ ਕਿਸੇ ਢੰਗ ਨਾਲ ਪੁੱਛਣਾ ਤਾਂ ਪੈਗਾ ਜਦੋਂ ਮਾਂ ਪੁੱਛਦੀ ਹੈ ਕੀ ਆਖਦਾ ਕੇਵਲ ਤਾਂ ਉਸ ਕੋਲ ਕੋਈ ਜਵਾਬ ਨਹੀਂ ਹੁੰਦਾ ਫਿਰ ਖਿੱਚਦਾ ਮੈਂ ਇਕੱਲਾ ਕਿੱਧਰ ਜਾਵਾਂ ਭੂਪੀ ਦੇ ਚੱਕਰ 'ਚ ਇੱਕ ਕਿੱਲਾ ਖਾਲੀ ਰਹਿ ਗਿਆ ਇਹ ਉਹਨੂੰ ਬਹੁਤ ਵੱਡਾ ਦੁੱਖ ਹੈ ਮਿਰਚਾਂ ਗੰਡਿਆਂ ਨੂੰ ਕੀ ਮਿਲਣਾ ਅੱਧੇ ਤਾਂ ਪਿੰਡ ਵਾਲਿਆਂ ਨੇ ਦਾ ਲਾ ਕੇ ਖਤਮ ਕਰ ਦੇਣੀ ਤੂੰ ਹੁਣ ਸਮਾਧ ਤੇ ਜਣਾ ਖਣਾ ਆ ਜਾਂਦਾ ਕਿੱਥੋਂ ਮੈਂ ਰੱਖ ਲੂੰ ਰੱਖੀ ਇਹਨਾਂ ਦੀ ਰੁੱਲਦੂ ਤਾਂ ਗਲ ਪਿਆ ਸੱਪ ਚੱਕੀ ਫਿਰਦਾ ਉਹਨੇ ਤਾਂ ਹਾੜੀ ਤੱਕ ਰੂ ਪਿੱਟ ਕੇ ਮਸਾਂ ਟੈਮ ਲੰਗਾਉਣਾ ਇਹਦੇ ਨਾਲੋਂ ਤਾਂ ਚੰਗਾ ਸੀ ਭਗਤੂ ਨਾ ਹੀ ਆਉਂਦਾ ਬਾਹਰ ਹੁਣ ਚੋਲਾ ਪਾ ਕੇ ਨਵੇਂ ਚੰਦ ਚਾੜਤਾ ਅਖੇ ਨਾ ਮੇਰਾ ਕੋਈ ਪਿਓ ਨਾ ਮੇਰੀ ਕੋਈ ਮਾਂ ਇੱਕ ਪਾਸੇ ਖੜਾ ਰਾਜਪਾਲ ਭਗਤੂ ਮਾਗੀ ਤੇ ਸਾਧਾ ਰਾਮ ਵੱਲ ਵੇਖ ਰਿਹਾ ਕੁੱਕਰ ਸ਼ਾਇਦ ਪਿੰਡ ਚ ਗਜਾ ਕਰਨ ਗਿਆ ਹੋਇਆ ਇਹ ਲੰਡੇ ਮੀਨੇ ਝਟ ਇਕੱਠੇ ਹੋ ਗਏ ਜੀ ਤਾਂ ਕਰਦਾ ਭਗਤੂ ਕੋਲ ਜਾ ਕੇ ਪੁੱਛਾਂ ਇਹ ਸਭ ਕਿਉਂ ਕਰ ਰਿਹਾ ਜੀ ਸਿੱਧਾ ਨਾ ਬੋਲਿਆ ਫੇਰ ਅੱਜ ਕੇਵਲ ਦੀ ਮਾਂ ਇਹਦੇ ਕੋਲ ਕੀ ਲੈਣ ਆਈ ਸੀ ਜ਼ਰੂਰ ਕੋਈ ਗੱਲ ਦੱਸ ਕੇ ਗਈ ਹੋਊਗੀ ਪੁੱਛਾਂ ਚੱਲ ਛੱਡ ਕੇਵਲ ਕੋਲੀ ਜਾਉਂਗਾ ਅਜ ਰਾਤ ਨੂੰ ਤੇ ਰਾਜਪਾਲ ਰੁੱਲਦੋਂ ਨੂੰ ਮਿਰਚਾਂ ਦੀ ਪਨੀਰੀ ਵਾਸਤੇ ਵਟਾਂ ਤਿਆਰ ਕਰਨ ਦੀ ਆਕ ਕੀ ਪਿੰਡ ਆ ਗਿਆ ਅੰਗ 35 ਵਾਂ ਜ਼ਮਾਨਤ ਤੇ ਘਰ ਆ ਕੇ ਕੇਵਲ ਨੇ ਮੰਝਾ ਮੰਨ ਲਿਆ ਅਗਲੇ ਮਹੀਨੇ ਕਾਲੇ ਦੇ ਇੰਟਰਨਲ ਇਮਤਿਹਾਨ ਸਨ ਵਿੜੇ ਚ ਧੁੱਪੇ ਪਿਆ ਜਦੋਂ ਵੀ ਉਹ ਆਪਣੀ ਪੜ੍ਹਾਈ ਸ਼ੁਰੂ ਕਰਨ ਬਾਰੇ ਸੋਚਦਾ ਤਾਂ ਉਸ ਨਾਲ ਹੋਈ ਬੀਤੀ ਦਿਮਾਗ ਵਿੱਚ ਘੁੰਮਣ ਘੇਰੀਆਂ ਪਾਉਣ ਲੱਗਦੀ ਉਹ ਸਾਰੀ ਘਟਨਾ ਦਾ ਲੇਖਾ ਜੋਖਾ ਕਰਨ ਲੱਗਦਾ ਸਭ ਤੋਂ ਵੱਧ ਇਹ ਦੁੱਖ ਨੂੰ ਇਸ ਗੱਲ ਦਾ ਸੀ ਰਾਜਪਾਲ ਉਹਦੀਆਂ ਗੱਲਾਂ ਦਾ ਵਿਸ਼ਵਾਸ ਨਹੀਂ ਸੀ ਕਰ ਰਿਹਾ ਉਹ ਤਾਂ ਇਹੀ ਸਮਝਦਾ ਹੋਵੇਗਾ ਭੂਪੀ ਨਾਲ ਜ਼ਰੂਰ ਕੇਵਲ ਦਾ ਕੋਈ ਸਬੰਧ ਹੈ ਪੂਪੀ ਦਾ ਖਿਆਲ ਆਉਂਦਿਆਂ ਹੀ ਸੋਚਣ ਲੱਗਾ ਕਿੱਥੇ ਲੈ ਕੇ ਗਏ ਹੋਣਗੇ ਉਹ ਪੂਪੀ ਨੂੰ ਉਹਨੂੰ ਤਾਂ ਇਹ ਵੀ ਸਮਝ ਨਹੀਂ ਆਉਂਦੀ ਉਹ ਹੈ ਕੌਣ ਸੀ ਰਾਜਪਾਲ ਨੂੰ ਕਿਵੇਂ ਜਾਣਦੇ ਸੀ ਅੱਤਵਾਦੀ ਹੋਣਗੇ ਕਿੱਥੇ ਰਹਿ ਗਿਆ ਉਹਨਾਂ ਅੱਤਵਾਦ ਸਰਕਾਰ ਚੁਣ-ਚੁਣ ਕੇ ਤਾਂ ਮਾਰੀ ਜਾਂਦੀ ਹੈ ਕੀ ਪਤਾ ਰੰਧਖੁੰਦ ਹੋਵੇ ਸਿਆਲਾਂ ਦੀ ਕੋਸੀ-ਕੋਸੀ ਤੋਂ ਪੂਦੀਆਂ ਸੱਟਾਂ ਤੇ ਟਕੌਰ ਕਰ ਰਹੀ ਹੈ ਇੱਕ ਲੱਤ ਹਿਲਾਉਣ ਲੱਗਾ ਤਾਂ ਅਚਾਨਕ ਘੜਲ ਪਈ ਰੀੜ ਦੀ ਹੱਡੀ ਤਾਂ ਹੀ ਦਰਦ ਉੱਠਿਆ ਪੀੜ ਨਾਲ ਦੌਰਾ ਹੋ ਗਿਆ ਸਰਾਣੀ ਪਈ ਕਿਤਾਬ ਹੱਥ ਵੱਜਣ ਨਾਲ ਡਿੱਗ ਪਈ ਆਉਣ ਵਾਲੇ ਇਮਤਿਹਾਨ ਫੇਰ ਚੇਤੇ ਆ ਗਏ ਦਰਦ ਕੁਝ ਘਟਿਆ ਤਾਂ ਕਿਤਾਬ ਖੋਲ ਕੇ ਪੜਨ ਲੱਗਾ ਵਰਕੇ ਅੰਚ ਥਾਣੇਦਾਰ ਦਾ ਚਿਹਰਾ ਦਿਸਿਆ ਫਿਰ ਸਪਾਈ ਵੀ ਦਿਸਣ ਲੱਗੇ ਮੂੰਹ ਟਕੀ ਕੁਝ ਮੁੰਡੇ ਉਹਨੂੰ ਕਢੀਸੀ ਜਾ ਰਹੇ ਐ ਥੋੜੀ ਦੂਰ ਖੜੀ ਭੂਪੀਏ ਸਭ ਵੇਖ ਕੇ ਹੱਸ ਰਹੀ ਐ ਕੇਵਲ ਨੇ ਖਿਜ ਕੇ ਕਿਤਾਬ ਬੰਦ ਕਰਤੀ ਇਸ ਤਰ੍ਹਾਂ ਦੀ ਮਾਨਸਿਕ ਸਥਿਤੀ ਵਿੱਚ ਹੀ ਉਹ ਸਾਰਾ ਦਿਨ ਰਹਿੰਦਾ ਸਰਕਾਲਾਂ ਵੇਲੇ ਠੰਡ ਕੁਝ ਵੱਧ ਗਈ ਤਾਂ ਉਹ 베ੜੇ ਚ ਉੱਠ ਕੇ ਕੋਠੜੀ ਚ ਚਲਾ ਗਿਆ ਪੜਨ ਨੂੰ ਅੰਦਰ ਵੀ ਮਨਨਾ ਕੀਤਾ ਸਰਾਣੇ ਤੇ ਸਿਰ ਸੁੱਟ ਕੇ ਉਹਨੇ ਅੱਖਾਂ ਬੰਦ ਕਰ ਲਈਆਂ ਤੇ ਜਦੋਂ ਰਾਜਪਾਲ ਉਹਨਾਂ ਦੇ ਘਰੇ ਆਇਆ ਉਦੋਂ ਕਾਫੀ ਹਨੇਰਾ ਹੋ ਚੁੱਕਿਆ ਸੀ ਕ੍ਰਿਸ਼ਨਾ ਤੇ ਕੇਵਲ ਦੀ ਮਾਂ ਕੋਠੜੀ ਦੇ ਅੰਦਰ ਹੀ ਬੈਠੇ ਸੀ ਰਾਜਪਾਲ ਨੂੰ ਆਇਆ ਵੇਖ ਕੇ ਉਹਨਾਂ ਦੇ ਚਿਹਰਿਆਂ ਤੇ ਕੋਈ ਖਾਸ ਖੁਸ਼ੀ ਨਾ ਆਈ ਕ੍ਰਿਸ਼ਨੇ ਨੇ ਰਸਮੀ ਹੱਥ ਜੋੜੇ ਤੇ ਕੋਠੜੀ 'ਚੋਂ ਬਾਹਰ ਚਲਾ ਗਿਆ ਉਹਦੇ ਮਗਰ ਹੀ ਕੇਵਲ ਦੀ ਮਾਂ ਵੀ ਕੋਠੜੀ 'ਚੋਂ ਨਿਕਲ ਗਈ ਰਾਜਪਾਲ ਉਹਨਾਂ ਦੇ ਵਤੀਰੇ ਦਾ ਕਾਰਨ ਸਮਝਦਾ ਸੀ ਉਹ ਚੁੱਪ ਰਿਹਾ ਤੇ ਕੇਵਲ ਦੇ ਸਰਾਣੇ ਖੜ ਗਿਆ ਮੱਧਮ ਜੇ ਚਾਨਣ ਚੱਖਾਂ ਬੰਦ ਕਰੀ ਪਏ ਕੇਵਲ ਨੂੰ ਵੇਖਣ ਲੱਗਿਆ ਫਿਰ ਉਹਨੇ ਹੌਲੀ ਜੀ ਕਿਹਾ ਕੇਵਲਾ ਕੇਵਲ ਨੇ ਅੱਖਾਂ ਖੋਲੀਆਂ ਰਾਜਪਾਲ ਨੂੰ ਸਹਰਾਣੇ ਖੜਾ ਵੇਖ ਕੇ ਹੈਰਾਨ ਹੋਇਆ ਉੱਠਣ ਦਾ ਯਤਨ ਕਰਨ ਲੱਗਾ ਤਾਂ ਰਾਜਪਾਲ ਨੇ ਇਸ਼ਾਰੇ ਨਾਲ ਹੀ ਪਿਆ ਰਹਿਣ ਲਈ ਕਿਹਾ ਫਿਰ ਕੇਵਲ ਦੇ ਕੋਲ ਬੈਠਣ ਲਈ ਕੋਈ ਮੰਜਾ ਪੀੜੀ ਭਾਲਦਾ ਉਹਦੇ ਮੰਜੀ ਦੇ ਬਾਹੀ ਤੇ ਬੈਠ ਗਿਆ ਉਹ ਕੜੂਂਜਾ ਓਕੇ ਉਹਨੇ ਪੁੱਛਿਆ ਕੀ ਹਾਲ ਹੈ ਹੁਣ ਤੇਰਾ ਕੇਵਲ ਬੋਲਿਆ ਨਹੀਂ ਬੰਦ ਬੁੱਲਾਂ 'ਚ ਥੋੜਾ ਜਿਹਾ ਮੁਸਕਾਨ ਦਾ ਯਤਨ ਕੀਤਾ ਮਨ 'ਚੋ ਸੋਚ ਰਿਹਾ ਸੀ ਪਹਿਲਾਂ ਕਸਾਈਆਂ ਹਵਾਲੇ ਕਰਤਾ ਹੁਣ ਹਾਲ ਪੁੱਛਣ ਆਇਆ ਕਦੋਂ ਦੀ ਤਰੀਕ ਪਈ ਐ ਰਾਜਪਾਲ ਨੇ ਫੇਰ ਪੁੱਛਿਆ ਕੇਵਲ ਇੱਕ ਵਾਰ ਰਾਜਪਾਲ ਝਾਕਿਆ ਪੁੱਛਿਆ ਭੁਪਿੰਦਰ ਦਾ ਕੋਈ ਪਤਾ ਲੱਗਾ ਰਾਜਪਾਲ ਦੀ ਇੱਛਾ ਸੀ ਕੇਵਲ ਨਾਲ ਹੰਦਰ ਦੀ ਜਤਾਉਣ ਲਈ ਜਿਹੜਾ ਕੁਝ ਕਹਿਣ ਲਈ ਉਹ ਸੋਚ ਕੇ ਆਇਆ ਉਹਨੂੰ ਕਹੇ ਉਹ ਤਾਂ ਸਾਲਾ ਥਾਣੇਦਾਰ ਹੀ ਐਵੇਂ ਖੜੇ ਪੈ ਗਿਆ ਮੈਂ ਤਾਂ ਉਹਨੂੰ ਬਥੇਰਾ ਸਮਝਾਇਆ ਸੀ ਕੇਵਲ ਨੂੰ ਥਾਣੇ ਲੈ ਕੇ ਆਉਣ ਦੀ ਕੀ ਲੋੜ ਐ ਉਹ ਮੰਨਿਆ ਹੀ ਨਹੀਂ ਹੁਣ ਵੀ ਤੇਰੀ ਜ਼ਮਾਨਤ ਤੋਂ ਹੋਣ ਵਿੱਚ ਮੈਂ ਕੋਈ ਅੜਿੱਕਾ ਨਹੀਂ ਪਾਇਆ ਤਰੀਕ ਤੇ ਹੀ ਨਹੀਂ ਗਿਆ ਨਹੀਂ ਤਾਂ ਕਿਵੇਂ ਹੋ ਜਾਂਦੀ ਹੈ ਨਹੀਂ ਛੇਤੀ ਜ਼ਮਾਨਤ ਆਪਣਾ ਵਕੀਲ ਖੜਾ ਕਰਤਾ ਹੁੰਦਾ ਮਹੀਨਾ ਦੋ ਮਹੀਨੇ ਹੋਰ ਜੇਲ੍ਹ 'ਚ ਰੋਲਦਾ ਫਿਰਦਾ ਹੋਰ ਵੀ ਬਥੇਰਾ ਕੁਝ ਕਹਿਣਾ ਸੀ ਪਰ ਕੇਵਲ ਦਾ ਰੁੱਖਾਪਨ ਵੇਖ ਕੇ ਉਹਨੇ ਇਰਾਦਾ ਬਦਲ ਲਿਆ ਮਨ 'ਚ ਸੋਚਿਆ ਦਫਾ ਹੋਣ ਦੇ ਝਮਿਆਰ ਨੂੰ ਸਾਲਾ ਰੋਸੇ ਵਿਖਾਉਂਦਾ ਪਹਿਲਾਂ ਸੋਚਦਾ ਜਦੋਂ ਪਤੰਦਰਾਂ ਦੇ ਹੱਥੀਂ ਚੜਿਆ ਸੀ ਤੇ ਰਾਜਪਾਲ ਨੂੰ ਚੁੱਪ ਬੈਠਾ ਵੇਖ ਕੇ ਕੇਵਲ ਨਹੀਂ ਪੁੱਛਿਆ ਕਿੱਥੇ ਕਿੱਥੇ ਪਤਾ ਕੀਤਾ ਹੈ ਪਤਾ ਕਿੱਥੇ ਕਰਨਾ ਸੀ ਅਜੇ ਤਾਂ ਥਾਣੇ ਜਾ ਕੇ ਮੋੜਾਂ ਮੈਂ ਤਾਂ ਪ੍ਰੋਗਰਾਮ ਬਣਾਉਣਾ ਸੀ ਤੇਰੇ ਨਾਲ ਤੈਨੂੰ ਨਾਲ ਲੈ ਕੇ ਜਾਵਾਂ ਕਿੱਥੇ ਗਏ ਸੀ ਉਹ ਥਾਂ ਤਾਂ ਪਛਾਣ ਹੀ ਲਏਂਗਾ ਤੂੰ ਫਿਰ ਕੋਈ ਸੂਹ ਕੱਢਾਂਗੇ ਰਾਜਪਾਲ ਨੇ ਆਪਣੇ ਆਉਣ ਦਾ ਮੰਤਵ ਦੱਸਿਆ ਮੈਂ ਕਿਵੇਂ ਜਾ ਸਕਦਾ ਪਹਿਲੀ ਗੱਲ ਤਾਂ ਮੈਂ ਥੋੜ੍ਹ ਉੱਠ ਕੇ ਤੁਰਿਆ ਹੀ ਨਹੀਂ ਜਾਂਦਾ ਤੇ ਜੇ ਠੀਕ ਹੋ ਵੀ ਗਿਆ ਤਾਂ ਅਗਲੇ ਮਹੀਨੇ ਮੇਰਾ ਇਮਤਿਹਾਨ ਹੈ ਮੈਨੂੰ ਤਾਂ ਪਤਾ ਹੈ ਬਾਈ ਫਾਈਨਲ ਇਮਤਿਹਾਨ 'ਚ ਨੰਬਰ ਵੀ ਕਾਊਂਟ ਹੁੰਦੇ ਆ ਮੇਰੇ ਤਾਂ ਲੈਕਚਰ ਵੀ ਬਹੁਤ ਘਟ ਗਏ ਹੋਣਗੇ ਕੇਵਲ ਦੇ ਚਿਹਰੇ ਤੇ ਸੱਟਾਂ ਦੀ ਤੇਮ ਧਿਆਨ ਵਿੱਚੋਂ ਪਛੜ ਜਾਂਦੀ ਈ ਭੀੜ ਉੱਭਰੀ। ਕੇਵਲ ਜੇ ਜ਼ਮਾਨਤ ਨਾ ਹੁੰਦੀ ਫੇਰ ਵੀ ਸਾਰਨਾ ਹੀ ਸੀ। ਰਾਜਪਾਲ ਨੇ ਦਲੀਲ ਦਿੱਤੀ। ਮੈਂ ਜੇਲ੍ਹ 'ਚ ਬੈਠਿਆ ਵੀ ਪਰਚੇ ਦੇਣੇ ਸੀ ਬਾਈ ਜੀ। ਇਹ ਫੈਸਲਾ ਮੈਂ ਕਰ ਲਿਆ ਹੋਇਆ ਸੀ ਨਾਲ। ਨਾਲੇ ਮੈਂ ਨਾਲ ਜਾ ਕੇ ਹੁਣ ਕਰੂੰਗਾ ਕਿ ਇੰਨੇ ਦਿਨਾਂ ਦੇ ਉੱਥੇ ਹੀ ਬੈਠੇ ਹੋਣਗੇ ਉਹ। ਨਾ ਜੇ ਤੂੰ ਨਾਲ ਜਾਂਦਾ ਆਪਾਂ ਕੋਈ ਸੁਰਾਗ ਲੱਭਣ ਦਾ ਯਤਨ ਕਰਦੇ। ਨਹੀਂ ਰਾਜਪਾਲ ਬਾਈ ਮੈਥੋਂ ਨਹੀਂ ਜਾਇਆ ਜਾਣਾ। ਮੈਨੂੰ ਤਾਂ ਇਹ ਵੀ ਡਰ ਹੈ ਪੇਪਰਾਂ ਤੱਕ ਮੈਂ ਠੀਕ ਹੋਊਂਗਾ ਵੀ ਕਿਨੇ। ਜੇ ਪੁਲਸ ਜਾਂ ਅਦਾਲਤ ਕਹੇ ਫਿਰ ਵੀ ਨਹੀਂ ਜਾਇਆ ਜਾਣਾ ਰਾਜਪਾਲ ਨੇ ਲੁਕਵੀਂ ਧਮਕੀ ਦਿੱਤੀ ਫਿਰ ਵੀ ਨਹੀਂ ਡਾਕਟਰਾਂ ਨੇ ਸਰਟੀਫਿਕੇਟ ਦਿੱਤਾ ਹੈ ਕਿ ਮੈਨੂੰ ਮੰਜੇ ਤੇ ਪੂਰੀ ਰੈਸਟ ਚਾਹੀਦੀ ਹੈ ਮੈਂ ਸਫਰ ਕਰਨ ਦੇ ਯੋਗ ਨਹੀਂ ਹਾਂ ਨਾਲੇ ਇਸ ਕੇਸ ਦੀਆਂ ਹੁਣ ਤਰੀਕਾਂ ਵੀ ਪੈਣੀਆਂ ਮੈਂ ਗੈਰ ਹਾਜ਼ਰ ਰਿਆ ਤਾਂ ਇੱਕ ਤਰਫਾ ਫੈਸਲਾ ਹੋ ਸਕਦਾ ਹੈ ਜੇ ਮੈਂ ਬੇਕਸੂਰ ਵੀ ਕਸੂਰਵਾਰ ਬਣਾ ਦਿੱਤਾ ਗਿਆ ਫਿਰ ਕੀ ਬਣੂ ਮੇਰਾ ਕੇਵਲ ਦੀਆਂ ਨਾ ਗੱਲਾਂ ਦਾ ਰਾਜਪਾਲ ਕੋਲ ਕੋਈ ਜਵਾਬ ਨਹੀਂ ਸੀ ਉਹ ਸਮਝ ਗਿਆ ਇਹਨੇ ਹੁਣ ਮੈਨੂੰ ਕੋਈ ਸਹਿਯੋਗ ਨਹੀਂ ਦੇਣਾ। ਕੁਝ ਪਲ ਬੈਠਾ ਉਹ ਸੋਚਦਾ ਰਿਹਾ ਫਿਰ ਚੰਗਾ ਫੇਰ ਆਉਂਗਾ ਆ ਕੇ ਖੜਾ ਹੋ ਗਿਆ ਤੇ ਘਰੋਂ ਬਾਹਰ ਆ ਗਿਆ। ਰਾਹ 'ਚ ਉਹਨੂੰ ਕੁੱਕਰ ਮਿਲਿਆ ਜਿਹੜਾ ਪਿੰਡੋਂ ਗਜਾ ਕਰਕੇ ਸਵਾਦਵਾਲ ਜਾ ਰਿਹਾ ਸੀ। ਰਾਜਪਾਲ ਨੂੰ ਵੇਖ ਕੇ ਕੁੱਕਰ ਨੇ ਸ਼ਰਾਰਤ ਦੇ ਲਹਿਜੇ ਨਾਲ ਉੱਚੀ ਆਵਾਜ਼ ਲਮਕਾ ਕੇ ਕਿਹਾ ਸਤਨਾਮ। ਓਰੇਆ ਕੋਈ ਭੈਣ ਦੇ ਸਤਨਾਮ ਦੇਣੇ। ਖਿਜੇ ਰਾਜਪਾਲ ਨੇ ਉਹਦੀ ਲਾਹ-ਪਾ ਕਰਨ ਦੇ ਰੌਂਚੋਂ ਉਹਨੂੰ ਬੁਲਾਇਆ। ਬਾਬਾ ਭਗਤੂ ਭੁੱਖਾ ਆਇਆ। ਮੈਂ ਤਾਂ ਛੇਤੀ ਜਾਣਾ ਸਮਝ ਤੇ ਅਖਦਾ ਕੁੱਕਰ ਡਰਦਾ ਚੱਕਵੇਂ ਪੈਰੀਂ ਸਮਾਦ ਵੱਲ ਭਗਤੁਰਿਆ ਰਾਜਪਾਲ ਐ ਪਿੱਛੋਂ ਕਿਸੇ ਨੇ ਆਵਾਜ਼ ਮਾਰ ਕੇ ਪੁੱਛਿਆ ਰਾਜਪਾਲ ਨੇ ਮੁੜ ਕੇ ਵੇਖਿਆ ਸਰਪੰਚ ਦਾ ਛੋਟਾ ਭਰਾ ਸ਼ੇਰਾ ਪਿੱਛੇ-ਪਿੱਛੇ ਆ ਰਿਹਾ ਸੀ ਆ ਵੇ ਚਾਚਾ ਕੀ ਹਾਲ ਐ ਰਾਜਪਾਲ ਨੇ ਰਸਮੀ ਪੁੱਛਿਆ ਕੋਈ ਥੋ ਪਤਾ ਲੱਗਿਆ ਕੁੜੀ ਦਾ ਰਾਜਪਾਲ ਸ਼ੇਰਾ ਗੰਭੀਰ ਲੱਜੇ ਚ ਬੋਲੇ ਨਹੀਂ ਚਾਚਾ ਕੋਈ ਪਤਾ ਨਹੀਂ ਲੱਗਿਆ ਅਜੇ ਤੱਕ ਥਾਣੇ ਵਾਲੇ ਕੀ ਕਹਿੰਦੇ ਆ ਕੀ ਕਹਿਣਾ ਉਹਨਾਂ ਨੇ ਬਿਨਾ ਨੋਟਾਂ ਦੀ ਝਾਕ ਤੋਂ ਸਕੇ ਪਿਓ ਦਾ ਕੰਮ ਨਹੀਂ ਕਰਦੀ ਹੁਣ ਤੈਨੂੰ ਤਾਂ ਪਤਾ ਹੈ ਝੋਨਾ ਤਾਂ ਭੈਣ ਦੇਣਾ ਅੜਤੀ ਇਹਦੀਆਂ ਵਿਰਲਾ ਵਿੱਚ ਵੜ ਗਿਆ ਗਾਂ ਵੀ ਕੁਝ ਨਹੀਂ ਦਿਸਦਾ ਤਰਲੇ ਹੀ ਲੰਦੇ ਫਿਰਦੇ ਆ ਇੱਕ ਕੀਲਾ ਤਾਂ ਐਤੀ ਹੋਈ ਨਹੀਂ ਬੀਜਿਆ ਗਿਆ ਹੁਣ ਦੋ ਕੁ ਕਨਾਲਾਂ ਮਿਰਚਾਂ ਲਾਉਣ ਲੱਗੇ ਆ ਰੁਲਦੂ ਆਂਦਾ ਗੰਡੇ ਵੀ ਲਾ ਦिए ਥੋੜੇ ਇੱਕ ਥਾਂ 'ਚ ਕਦੂਆਂ ਦੀ ਵੇਲਾ ਲਾ ਦਿੰਨੇ ਆ ਇਹਨਾਂ ਹਾਲਤਾਂ 'ਚ ਠਾਣਿਆਂ ਦੇ ਮੂੰਹ ਕਿੱਥੋਂ ਪੜੀਏ ਉਹ ਵੀ ਸਮਝਦੇ ਆ ساری ਗੱਲ ਹੋਂਹਾਂ ਕਰ ਛੱਡਦੇ ਐ ਚਾਰਾ ਕੋਈ ਨਹੀਂ ਕਰਦੇ ਬਾਪੂ ਤਾਂ ਇੰਨਾ ਸੰਸਾ ਕਰੀ ਬੈਠਾ ਘਰੋਈ ਨਹੀਂ ਨਿਕਲਦਾ ਰਾਜਪਾਲ ਉੱਧੜ ਗਿਆ ਪੈਸੇਆਂ ਪੂਸਿਆਂ ਦੀ ਲੋੜ ਹੋਈ ਤੇ ਸੰਗੀ ਨਾ ਰਾਜਪਾਲ ਜੇ ਕੋਈ ਹੋਰ ਕੰਮ ਹੋਇਆ ਤਾਂ ਵੀ ਕਹੀਂ ਥਾਣੇਦਾਰ ਨੂੰ ਮੈਂ ਕਹਿ ਦੂੰਗਾ ਉਹ ਆਪਾਂ ਤੋਂ ਬਾਹਰ ਨਹੀਂ ਐ ਜੇ ਕੁੜੀ ਦਾ ਪਤਾ ਕਰਨੇ ਇੱਧਰ ਉੱਧਰ ਜਾਣਾ ਪਿਆ ਤਾਂ ਜੀਪ ਹੈਗੀ ਆਪਣੀ ਛੇਰੇ ਨੇ ਹੰਦਰ ਦੇ ਵਿਖਾਏ ਕੋਈ ਨਾ ਚਾਚਾ ਪਿੰਡ ਵਾਲਿਆਂ ਦਾ ਹੀ ਆਸਰਾ ਹੁੰਦਾ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਜਦੋਂ ਜੀ ਕਰੇ ਆ ਜੀ ਆਖ ਕੇ ਛੇਰਾ ਤੁਰ ਪਿਆ ਪਰ ਜਦ ਹੀ ਖੜ ਕੇ ਪੁੱਛਿਆ ਭਗਤੂ ਕਹਿੰਦੇ ਆ ਸਾਧ ਬਣਿਆ ਬੈਠਾ ਸਮਾਧ ਤੇ ਹਾਂ ਚਾਚਾ ਕਹਿੰਦਾ ਹੁਣ ਮੈਂ ਇੱਥੇ ਰਹੂੰਗਾ ਸਮਾਧ ਦੀ ਸੇਵਾ ਕਰੂੰਗਾ ਰਾਜਪਾਲ ਨੇ ਦੱਸਿਆ ਭੁੱਖ ਨੰਗ ਤੋਂ ਬਚਣ ਲਈ ਤਰਲੇ ਮਾਰਦਾ ਬੰਦਾ ਰਾਜਪਾਲ ਹੋਰ ਕੀ ਆ ਫਿਰ ਜੇ ਠੰਡ ਜਿਹੀ ਲੱਗਦੀ ਹੈ ਤਾਂ ਕਰ ਲੈ ਸਰੀਰ ਕਰ ਗਰਮ ਛੇਰੇ ਨੇ ਬਾਹਰਲੇ ਘਰ ਵੱਲ ਜਾਣ ਲਈ ਸੋਲਾ ਮਾਰੀ ਨਹੀਂ ਚਾਚਾ ਮੈਂ ਤਾਂ ਪਿੰਦਾ ਨਹੀਂ ਭਗਤੂ ਛੱਡ ਗਿਆ ਹੁਣ ਸਾਧ ਬਣ ਕੇ ਪਤਾ ਨਹੀਂ ਚਾਚਾ ਮੈਂ ਤਾਂ ਆਥਨ ਵੇਲੇ ਕਦੇ ਗਿਆ ਹੀ ਨਹੀਂ ਉੱਧਰ ਚੰਗਾ ਫਿਰ ਕਹਿ ਕੇ ਸ਼ੇਰਾ ਤੁਰ ਗਿਆ ਆਪਣੇ ਘਰ ਵੱਲ ਜਾਂਦਾ ਰਾਜਪਾਲ ਸੋਚ ਰਿਹਾ ਸੀ ਕੀ ਕਾਰਨ ਹੋਇਆ ਇੰਨੀ ਸਾਊ ਬੋਲੀ ਤਾਂ ਇਹ ਕਦੇ ਬੋਲਿਆ ਨਹੀਂ ਕੁੜੀ ਬਾਰੇ ਵੀ ਬੜੇ ਫਿਕਰ ਨਾਲ ਪੁੱਛਦਾ ਸੀ ਘਰ ਪਹੁੰਚਣ ਤੱਕ ਕਾਫੀ ਨੇਰਾ ਹੋ ਗਿਆ ਸੀ ਧੰਨਵਾਦ ਚਲਦਾ